ਸਿੱਖ ਗੈਰਤ ਵਿੱਚ ਪੂਰੇ ਮਰਦ ਦਲੇਰ ਬਣਾ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਤੁਹਾਡੀ ਕਚਹਿਰੀ ਦੇ ਵਿੱਚ ਦਾਸ ਫਿਰ ਪੇਸ਼ ਹੋਇਆ ਹੈ, ਕਿਉਂਕਿ ਕੂੜ ਦੀ ਨੀਤੀ ਕਰਨ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ, ਪਰ ਜੋ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ। ਗੁਰੂ ਘਰਾਂ ਦੀ ਮਾਇਆ ਕਿੱਦਾਂ, ਜਦੋਂ ਚੈੱਕ ਕੱਟਦੇ ਹਾਂ ਅਸੀਂ ਤੇ ਉਹ ਚੈੱਕ ਦੇ ਉੱਪਰ ਜਿਹੜਾ ਪੇ ਕਰਦੇ ਹਾਂ ਉੱਥੇ ਕੋਈ ਨਾਮ ਹੋਰ ਲਿਖੇ ਜਾਂਦੇ ਹਨ, ਲੇਕਿਨ ਜੋ ਚੈੱਕ ਗੁਰੂ ਘਰ ਦੇ ਵਿੱਚ ਜੋ ਚੈੱਕ ਬੁੱਕਾਂ ਪਈਆਂ, ਸਟੈਪ ਜਿਹੜੇ ਪਏ ਆ, ਉਹਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਨਾਮ ਹੋਰ ਲਿਖੇ ਹੁੰਦੇ ਹਨ। ਕਿਹੜੀ ਐਸੀ ਕੰਪਨੀ, ਕਿਹੜੀ ਐਸੀ ਚੈਰਿਟੀ ਕਿ ਸਾਨੂੰ ਕੀ, ਸਾਨੂੰ ਉੱਥੇ ਕੀ ਪ੍ਰੋਬਲਮ ਆ, ਜਿਹਨੂੰ ਅਸੀਂ ਚੈੱਕ ਦੇਣਾ ਉਹਦਾ ਨਾਂ ਪਿੱਛੇ ਕਿਉਂ ਨਹੀਂ ਹੈਗਾ। ਇਹ ਕਦੇ ਟੈਕਸ ਆਫਿਸਰ ਜਾਂ ਚੈਰਿਟੀ ਕਮਿਸ਼ਨ ਵੀ ਇਹ ਚੀਜ਼ਾਂ ਪਾਸ ਨਹੀਂ ਕਰਦਾ, ਪਰ ਇਹ ਤੁਹਾਡੇ ਸਾਹਮਣੇ ਉਹਨਾਂ ਚੈੱਕਾਂ ਦਾ ਪਰੂਫ ਹੈ ਜਿਹੜੇ ਚੈੱਕ ਇਸ਼ੂ ਕੀਤੇ ਗਏ, ਅਤੇ ਜਿਨ੍ਹਾਂ ਨੂੰ ਇਸ਼ੂ ਕੀਤੇ ਗਏ ਉਹ ਵੀ ਤੁਸੀਂ ਦੇਖ ਸਕਦੇ ਹੋ। ਇਹ ਵੀ ਸਾਡੇ ਸ੍ਰੀ ਗੁਰੂ ਸਿੰਘ ਸਭਾ ਦਾ ਇੱਕ ਵਰਕਰ ਹੀ ਹੈ ਜਿਹਦੇ ਨਾਂ 'ਤੇ ਚੈੱਕ ਇਹ ਪੇ ਕੀਤਾ ਗਿਆ, ਲੇਕਿਨ ਸਟੈਪ ਦੇ ਉੱਪਰ ਜਿਹੜਾ ਲਿਖਿਆ ਹੈਗਾ ਉਹ ਐਸ ਸਿੰਘ ਲਿਖਿਆ ਹੈ, ਲੇਕਿਨ ਜਿਹੜਾ ਪੇ ਕੀਤਾ ਹੈ ਉਹ ਤੁਸੀਂ ਦੇਖ ਸਕਦੇ ਹੋ ਸਾਧ ਸੰਗਤ ਜੀ। ਉਹ ਵੀ ਬਿਲਕੁਲ ਕਲੀਅਰਲੀ ਸੇਮ, ਲਿਖਣ ਵਾਲਾ ਵੀ ਸੇਮ ਬੰਦਾ ਹੈ, ਔਰ ਸਿਗਨੇਚਰ ਵੀ ਖਜ਼ਾਨਚੀ ਦੇ ਵੀ ਹੈ, ਔਰ ਸਾਡੇ ਜਿਹੜਾ ਖਜ਼ਾਨਚੀ ਦੇ ਨਾਲ ਜਨਰਲ ਸੈਕਟਰੀ ਦੇ ਵੀ ਸਾਈਨ ਹੈ। ਸੋ ਇਹਦੇ ਵਿੱਚ ਕੋਈ ਝੂਠ ਮਾਰਨ ਦੀ ਲੋੜ ਨਹੀਂ, ਤੁਹਾਡੇ ਸਾਹਮਣੇ ਹੈ, ਬੈਂਕ ਤੋਂ ਕਢਵਾਏ ਗਏ ਹਨ। ਸੋ ਇਹ ਜਿਹੜਾ ਚਿੱਠਾ ਹੈ ਇਹਦੇ ਵਿੱਚ ਬਿਲਕੁਲ ਕਲੀਅਰ, ਜਿਹੜਾ ਨਾਲ ਡੇਟਾਂ ਵੀ ਲਿਖੀਆਂ ਹੋਈਆਂ ਹਨ, ਕਿਉਂਕਿ ਪਹਿਲਾਂ ਸੋਸ਼ਲ ਮੀਡੀਆ ਨਹੀਂ ਸੀ, ਅਸੀਂ ਇਹ ਤੁਹਾਡੇ ਤੱਕ ਨਹੀਂ ਸੀ ਪਹੁੰਚਾ ਸਕਦੇ। ਟੀਵੀਆਂ ਦੇ ਉੱਪਰ ਵੀ ਇੰਨਾ ਟਾਈਮ ਨਹੀਂ ਹੁੰਦਾ, ਤੁਹਾਡੇ ਤੱਕ ਪਹੁੰਚਾ ਨਹੀਂ ਸਕਦੇ, ਲੇਕਿਨ ਅਸੀਂ ਇਹ ਪੇਪਰਾਂ ਦੇ ਵਿੱਚ ਜ਼ਰੂਰ ਕੱਢਿਆ ਸੀ। ਅੱਜ ਤੁਹਾਡੀ ਕਚਹਿਰੀ ਦੇ ਵਿੱਚ ਦਾਸ ਗੁਰਮੇਲ ਸਿੰਘ ਮੱਲੀ, ਤੁਹਾਡਾ ਸੇਵਾਦਾਰ, ਤੁਹਾਡਾ ਸਤਿਕਾਰ, ਪਿਆਰ ਸਾਨੂੰ ਸੇਵਾ ਵਾਸਤੇ ਜੋ ਮਿਲਿਆ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਘਰ ਘਰ ਤੱਕ ਇਹ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।